ਸਤਿ ਸ਼੍ਰੀ ਅਕਾਲ ਜੀ, ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਕੁਲਵੰਤ ਸਿੰਘ। ਅੱਜ ਦੋ ਮੇਰੇ ਨਾਲ ਅਜਿਹੇ ਮਹਿਮਾਨ ਨੇ, ਮੌਜੂਦ ਸ਼ਖਸੀਅਤਾਂ ਨੇ, ਰਿਸਪੈਕਟਡ ਸ਼ਖਸੀਅਤਾਂ ਨੇ, ਜਿਨ੍ਹਾਂ ਦੇ ਨਾਲ ਮੈਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਿਹਾ। ਹੈਲਥ ਦੇ ਫੀਲਡ ਦੇ ਵਿੱਚ ਕਾਫੀ ਨਾਮ ਹੈ ਇਹਨਾਂ ਦਾ। ਅੱਜ ਤੋਂ ਕੋਈ ਦੋ ਢਾਈ ਸਾਲ ਪਹਿਲਾਂ ਮੈਂ ਤੁਹਾਨੂੰ ਮੋਗੇ ਦੇ ਹੀ ਇੱਕ ਡਾਕਟਰ ਦੇ ਨਾਲ ਇੰਟਰੋਡਿਊਸ ਕਰਾਇਆ ਸੀ ਅਤੇ ਅੱਜ ਫਿਰ ਮੋਗੇ ਦੀਆਂ ਹੀ ਦੋ ਡਾਕਟਰ ਸ਼ਖਸੀਅਤਾਂ ਨੇ ਜਿਹੜੀਆਂ ਮੇਰੇ ਨਾਲ ਨੇ, ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਮਾਹਰ ਨੇ, ਐਕਸਪਰਟ ਨੇ, ਅਤੇ ਇਹਨਾਂ ਵੱਲੋਂ ਅੱਜ ਇੱਕ ਅਜਿਹੀ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਹੜੀ ਕਿ ਤੁਸੀਂ ਸੁਣ ਕੇ ਬੇਹੱਦ ਖੁਸ਼ ਹੋਵੋਗੇ, ਕਿਉਂਕਿ ਜਿਹੜੀਆਂ ਚੀਜ਼ਾਂ ਜਿਹੜੀਆਂ ਮਾਰਕੀਟ ਦੇ ਵਿੱਚ ਉਹ 2,000-3,000 ਰੁਪਏ ਦੇ ਵਿੱਚ ਜਿਹੜੀਆਂ ਚੀਜ਼ਾਂ ਵਿਕਰੀਆਂ ਨੇ, ਉਹ ਇਹਨਾਂ ਕੋਲ ਜਿਹੜੀ ਉਹ ਤੁਸੀਂ 400 ਜਾਂ 500 ਰੁਪਏ ਦੇ ਵਿੱਚ ਹੀ ਤੁਹਾਡਾ ਇਲਾਜ ਜਿਹੜਾ ਉਹ ਪੂਰਾ ਹੋ ਜਾਣਾ। ਕੀ ਸਮੱਸਿਆ ਦੇ ਵਿੱਚ ਕਿੱਦਾਂ ਕਿਹੜੀ ਚੀਜ਼ ਹੈਲਪ ਕਰੇਗੀ ਅਤੇ ਕਿੱਦਾਂ ਉਹ ਸਸਤੀਆਂ ਨੇ ਅਤੇ ਕਿੱਦਾਂ ਇਹ ਜਿਹੜੀ ਉਸ ਦੇ ਉੱਤੇ ਪੈਸੇ ਕਮਾਏ ਜਾ ਰਹੇ ਨੇ, ਆਪਾਂ ਇਹਨਾਂ ਤੋਂ ਜਾਣਾਂਗੇ। ਲੇਕਿਨ ਆਪਾਂ ਗੱਲ ਕਰਾਂਗੇ ਅੱਜ ਬਵਾਸੀਰ ਦੇ ਉੱਤੇ। ਬਵਾਸੀਰ ਜਿਹੜੀ ਆ ਉਹ ਇੱਕ ਅਜਿਹੀ ਸਮੱਸਿਆ, ਜੇਕਰ ਕਿਸੇ ਨੂੰ ਹੋ ਜਾਵੇ ਤਾਂ ਫਿਰ ਇਕੱਲੀ ਬਵਾਸੀਰ ਨਹੀਂ ਰਹਿੰਦੀ, ਇਕੱਲੀ ਪੇਨ ਨਹੀਂ ਰਹਿੰਦਾ, ਸਰੀਰ ਦਾ ਸਾਰਾ ਖੂਨ ਮੁੱਕ ਜਾਂਦਾ, ਅਨੀਮਿਕ ਹੋ ਜਾਂਦਾ ਬੰਦਾ, ਪੇਨ ਦੇ ਨਾਲ ਜਿਹੜਾ ਉਹ ਇੰਨਾ ਕੁ ਦਰਦ ਦੇ ਨਾਲ ਬੁਰਾ ਹਾਲ ਹੁੰਦਾ ਕਿ ਉਹ ਖਾਣੋਂ ਵੀ ਡਰਦਾ ਵੀ ਮੈਂ ਕਿਤੇ ਖਾਵਾਂਗਾ ਅਤੇ ਮੈਨੂੰ ਫਿਰ ਉਹੀ ਸਮੱਸਿਆ ਆਏਗੀ। ਕਿਵੇਂ ਇਹ ਸਮੱਸਿਆ ਜਿਹੜੀ ਬੋਡੀ ਦੇ ਵਿੱਚ ਆਉਂਦੀ ਹੈ, ਕਿਹੜੇ ਕਿਹੜੇ ਉਹਦੇ ਸਿਮਟਮ ਹੁੰਦੇ ਨੇ, ਇਹ ਬਵਾਸੀਰ ਕਿੰਨੇ ਤਰ੍ਹਾਂ ਦੀ ਹੈਗੀ ਹੈ, ਬਵਾਸੀਰ ਜਦੋਂ ਹੁੰਦੀ ਹੈ ਇਨਸਾਨ ਨੂੰ ਕੀ ਪ੍ਰੋਬਲਮ ਆਉਂਦੀ, ਕਿੱਦਾਂ ਪਤਾ ਲੱਗਦਾ ਵੀ ਇਹ ਬਵਾਸੀਰ ਹੈ, ਅਤੇ ਜਦੋਂ ਬਵਾਸੀਰ ਹੋ ਜਾਂਦੀ ਹੈ ਉਹਦਾ ਫਿਰ ਇਲਾਜ ਕਿਹੜੇ ਢੰਗ ਨਾਲ ਕਰਨਾ ਚਾਹੀਦਾ, ਅਤੇ ਫਿਰ ਆਪਾਂ ਕੀ ਕਰੀਏ ਜਿਹੜਾ ਕਿ ਬਵਾਸੀਰ ਦੀ ਸਮੱਸਿਆ ਸਾਨੂੰ ਫਿਰ ਦੁਬਾਰਾ ਨਾ ਹੋਵੇ। ਆਪਾਂ ਡਾਕਟਰ ਸੁਰਿੰਦਰਪਾਲ ਸ਼ਰਮਾ ਅਤੇ ਡਾਕਟਰ ਸਿਮਰਨਜੀਤ ਸਿੰਘ ਸਿੱਧੂ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ। ਤੁਹਾਡਾ ਵੀ ਬਹੁਤ ਧੰਨਵਾਦ ਜੀ, ਜਿਹੜੇ ਸਰੋਤੇ ਸੁਣ ਰਹੇ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਜੀ। ਬਵਾਸੀਰ ਜਿਹੜੀ ਇੱਕ ਹੁਣ ਆਮ ਬਿਮਾਰੀ ਬਣ ਚੁੱਕੀ ਹੈ, ਇਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜੇ ਆਪਾਂ ਗੱਲ ਕਰੀਏ ਵੀ ਕਿਉਂ ਇੰਨੀ ਬਿਮਾਰੀ ਜ਼ਿਆਦਾ ਹੋ ਗਈ ਹੈ, ਇਹਦੇ ਨਾਲ ਕਾਫੀ ਗੱਲਾਂ ਰਿਲੇਟਡ ਨੇ। ਖਾਣ ਪੀਣ ਮੇਨ ਹੈ ਜੀ ਇਹਦੇ 'ਚ, ਜਿੱਦਾਂ ਹੁਣ ਜੰਕ ਫੂਡ ਦਾ ਪਸਾਰਾ ਹੋ ਰਿਹਾ, ਕੋਲਡ ਡਰਿੰਕ, ਡੱਬਾ ਬੰਦ ਚੀਜ਼ਾਂ, ਇਹਨਾਂ ਨੂੰ ਆਪਾਂ ਜ਼ਿਆਦਾ ਯੂਜ਼ ਕਰ ਰਹੇ ਹਾਂ। ਘਰ ਦੀਆਂ ਮਤਲਬ ਕਿ ਸਿੰਪਲ ਜਿਹੀਆਂ ਚਾਟੀ ਲੱਸੀ ਛੱਡਤੀ ਆਪਾਂ, ਰੋਟੀਆਂ ਤੰਦੂਰ 'ਤੇ ਪਕਾਉਣੀਆਂ ਛੱਡਤੀਆਂ, ਉਹਦੇ ਨਾਲ ਇਹਦਾ ਬਹੁਤ ਵੱਡਾ ਸੰਬੰਧ ਆ ਜੀ, ਜਿਹੜਾ ਕਿ ਆਪਾਂ ਨੂੰ ਵੱਡੇ ਰੋਗਾਂ ਵੱਲ ਖਿੱਚ ਕੇ ਲਿਜਾ ਰਿਹਾ, ਜਿੱਦਾਂ ਖੂਨੀ ਬਵਾਸੀਰ, ਬਾਦੀ ਬਵਾਸੀਰ, ਇਹਦਾ ਬਹੁਤ ਵੱਡਾ ਜੰਕ ਫੂਡ ਦਾ ਇਹਦੇ ਵਿੱਚ ਰੋਲ ਮੰਨਦਾ ਮੈਂ। ਡਾਕਟਰ ਸਿੱਧੂ, ਸਵਾਗਤ ਆ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਧੰਨਵਾਦ ਤੁਹਾਡਾ ਜੀ ਇੱਥੇ। ਹਾਂਜੀ ਡਾਕਟਰ ਸਾਹਿਬ, ਅਤੇ ਬਵਾਸੀਰ ਜਿਹੜੀ ਹੈ ਉਹ ਕਈ ਤਰ੍ਹਾਂ ਦੀ ਬਵਾਸੀਰ ਹੁੰਦੀ ਹੈ, ਬਟ ਬਵਾਸੀਰ ਦੇ ਵਰਗੇ ਹੀ ਲੱਛਣ ਜਿਹੜੇ ਨੇ ਕਈ ਬਿਮਾਰੀਆਂ ਦੇ ਵਿੱਚ ਹੋਰ ਵੀ ਨਿਕਲ ਕੇ ਆਉਂਦੇ ਨੇ, ਜਿਵੇਂ ਇਰੀਟੇਬਲ ਬਾਊਲ ਸਿੰਡਰੋਮ ਹੈ, ਜਿਹਨੂੰ ਆਪਾਂ ਸੰਗ੍ਰਹਿਣੀ ਵੀ ਕਹਿੰਦੇ ਹਾਂ, IBS ਵੀ ਕਹਿੰਦੇ ਹੈਗੇ ਹਾਂ, ਜਿਵੇਂ ਅਲਸਰੇਟਿਵ ਕੋਲਾਈਟਿਸ ਹੈਗਾ, ਉਹ ਵੀ ਜਿਹੜੀ ਕੋਲਿਨ ਜਿਹੜੀ ਸਾਡੀ ਵੱਡੀ ਆਂਤ ਹੁੰਦੀ ਆ ਉਹਦੇ ਵਿੱਚ ਵੀ ਸਮੱਸਿਆ ਆਉਂਦੀ ਹੈ, ਅਤੇ ਉਹਦੇ ਨਾਲ ਵੀ ਜਿਹੜੇ ਖੂਨੀ ਦਸਤ ਹੋ ਜਾਂਦੇ ਨੇ ਬੰਦੇ ਨੂੰ। ਇਸੇ ਤਰ੍ਹਾਂ ਜੇਕਰ ਬੋਡੀ ਦੇ ਅੰਦਰ ਮਤਲਬ ਕਿਸੇ ਅੰਤੜੀ ਦੇ ਕਿਸੇ ਹਿੱਸੇ ਦੇ ਵਿੱਚ ਵੀ ਕੋਈ ਜ਼ਖਮ ਹੋਵੇ ਤਾਂ ਉਹਦੇ ਨਾਲ ਵੀ ਖੂਨ ਆਉਣਾ ਸ਼ੁਰੂ ਹੋ ਜਾਂਦਾ। ਕਿਵੇਂ ਪਛਾਣ ਹੋਏਗੀ ਕਿ ਬਵਾਸੀਰ ਜਿਹੜੀ ਹੈ ਉਹ ਬਵਾਸੀਰ ਹੀ ਹੈ ਜਾਂ ਫਿਰ ਉਹ ਜਿਹੜਾ ਉਹ ਅੰਦਰ ਕੁਛ ਪ੍ਰੋਬਲਮ ਹੋਰ ਹੈਗੀ? ਬਵਾਸੀਰ ਮੇਨਲੀ ਕਬਜ਼ ਹੁੰਦੀ ਹੈ, ਬਵਾਸੀਰ ਤੋਂ ਜਦੋਂ ਜ਼ਿਆਦਾ ਕਬਜ਼ ਹੋ ਜਾਂਦੀ ਹੈ ਉਹਦੇ ਨਾਲ ਹੀ ਬਵਾਸੀਰ ਦਾ ਆਪਣਾ ਪਤਾ ਵੈਸੇ ਲੱਗ ਜਾਂਦਾ ਬਵਾਸੀਰ ਆ, ਕਿਉਂਕਿ ਜਿਹੜਾ ਅਲਸਰ ਆ ਜ਼ਰੂਰੀ ਨਹੀਂ ਉਹਦੇ ਨਾਲ ਵੀ ਕਬਜ਼ ਹੋਵੇ ਆਪਾਂ ਨੂੰ, ਇਹਦੇ ਨਾਲ ਬਾਹਲੀ ਜ਼ਿਆਦਾ ਕਬਜ਼ ਹੋ ਜਾਂਦੀ, ਦਰਦ ਬਹੁਤ ਜ਼ਿਆਦਾ ਹੁੰਦਾ ਜੀ, ਅਤੇ ਮੌਕੇ ਵਾਲੀ ਦਾ ਤਾਂ ਚਲੋ ਵੈਸੇ ਹੀ ਪਤਾ ਲੱਗ ਜਾਂਦਾ, ਕਈ ਵਾਰੀ ਗੁੱਦਾ ਬਾਹਰ ਆ ਜਾਂਦਾ ਜੀ ਜਾਂ ਸੋਜ ਵਗੈਰਾ ਹੋ ਜਾਂਦੀ, ਇਹਦੇ ਨਾਲ ਪਤਾ ਲੱਗ ਜਾਂਦਾ ਜੀ। ਅਤੇ ਡਾਕਟਰ ਸ਼ਰਮਾ, ਬਵਾਸੀਰ ਜਦੋਂ ਹੁੰਦੀ ਆ ਉਹਦੇ 'ਚ ਦੋ ਤਰ੍ਹਾਂ ਦੀ ਬਵਾਸੀਰ ਜਿਹੜੀ ਹੁੰਦੀ ਆ ਉਹ ਜਿਹੜੀ ਆਮ ਕਿਹਾ ਜਾਂਦਾ ਹੈਗਾ ਵੀ ਬਵਾਸੀਰ ਹੈਗੀ, ਇੱਕ ਤਾਂ ਬਵਾਸੀਰ ਜਿਹੜੇ ਮੌਕੇ ਬਣ ਜਾਂਦੇ ਨੇ, ਮੌਕੇ ਜਿਹੜੇ ਨੇ ਉਹ ਪਹਿਲਾਂ ਤਾਂ ਅੰਦਰ ਹੀ ਰਹਿੰਦੇ ਨੇ 3 ਮੌਕੇ, ਅਤੇ ਫਿਰ ਬਾਅਦ ਵਿੱਚ ਹੌਲੀ ਹੌਲੀ ਕਰਕੇ ਉਹ ਗੁਦਾ ਬਾਹਰ ਨਿਕਲਣੀ ਸ਼ੁਰੂ ਹੁੰਦੀ ਆ, ਤਾਂ ਉਹਦੇ ਨਾਲ ਮੌਕੇ ਵੀ ਬਾਹਰ ਆ ਜਾਂਦੇ ਨੇ, ਅਤੇ ਕਈ ਵਾਰ ਤਾਂ ਅਜਿਹਾ ਹੁੰਦਾ ਕਿ ਪੂਰੀ ਪੂਰੀ ਗੁਦਾ ਜਿਹੜੀ ਉਹ ਬਾਹਰ ਹੀ ਰਹਿੰਦੀ ਹੈਗੀ ਹੈ, ਉਹ ਅੰਦਰ ਜਾਂਦੀ ਹੀ ਨਹੀਂ ਹੈਗੀ, ਅਤੇ ਉਹਦੇ ਨਾਲ ਸਮੱਸਿਆ ਜਿਹੜੀ ਆ ਬਹੁਤ ਜ਼ਿਆਦਾ ਵੱਧ ਜਾਂਦੀ ਹੈਗੀ। ਇੱਕ ਬਵਾਸੀਰ ਹੁੰਦੀ ਹੈ ਕਿ ਉਹਦੇ ਨਾਲ ਜਿਹੜੀ ਉਹ ਜਦੋਂ ਆਪਾਂ ਪੋਟੀ ਜਾਂਦਾ ਬੰਦਾ ਤਾਂ ਉਹ ਤੁਪਕੇ ਖੂਨ ਗਿਰਦਾ ਰਹਿੰਦਾ, ਇੱਕ ਬਵਾਸੀਰ ਹੁੰਦੀ ਹੈ ਜਿਹੜੀ ਕਿ ਪੋਟੀ ਦੇ ਨਾਲ ਲਾਈਨ ਖੂਨ ਦੀ ਨਿਕਲ ਕੇ ਅੰਦਰ ਆਉਂਦੀ ਹੈ, ਦੋਨਾਂ 'ਚ ਕਿਵੇਂ ਫਰਕ ਦੱਸੋ? ਉਹ ਜਿਹੜੀ ਲਾਈਨ ਨਿਕਲ ਕੇ ਆਉਂਦੀ, ਮੇਰਾ ਸਮਝਣਾ ਤਾਂ ਇਹਦੇ ਮੁਤਾਬਕ ਇਹ ਵੀ ਤਰੇੜਾਂ ਵਾਲੀ ਜਿਹਨੂੰ ਬਵਾਸੀਰ ਕਹਿ ਦਿੰਦੇ, ਅੰਦਰ ਆਂਤ ਦੇ ਜਿਹੜਾ ਛੋਟੇ ਛੋਟੇ ਜ਼ਖਮ ਹੋ ਜਾਣੇ ਉਹਦੇ ਨਾਲ ਦੀ ਨਾਲ ਖੂਨ ਰਿਸ ਕੇ ਆ ਜਾਂਦਾ ਮਲ ਦੁਆਰਾ ਦਾ, ਅਤੇ ਜਿਹੜੀ ਮੌਕੇ ਵਾਲੀ ਹੈ ਬਵਾਸੀਰ ਉਹ ਮੌਕੇ ਬਾਹਰ ਆ ਜਾਂਦੇ, ਉਹ ਬਾਹਰੋਂ ਹੀ ਮੌਕੇ ਜਿਹੜੇ ਦਰਦ ਕਰਕੇ ਉਹਨਾਂ ਪਰ ਜ਼ਖਮ ਹੋ ਜਾਂਦੇ ਆ, ਉਹ ਬਾਹਰੋਂ ਹੀ ਉਹਦੇ 'ਚ ਖੂਨ ਆਉਣ ਲੱਗ ਜਾਂਦਾ। ਇਹਦੇ ਵਾਸਤੇ
ਬਹੁਤ ਹੀ ਪਰੇਸ਼ਾਨੀ ਹੁੰਦੀ ਹੈ ਮਰੀਜ਼ ਨੂੰ, ਮਤਲਬ ਕਿ ਨਾ ਬੈਠਿਆ ਜਾਂਦਾ ਜ਼ਿਆਦਾਤਰ, ਜਿਹੜਾ ਜਿਨ੍ਹਾਂ ਨੇ ਮੋਟਰਸਾਈਕਲ ਜਾਂ ਕਾਰ ਦੇ ਉੱਪਰ ਵੀ ਸਫ਼ਰ ਕਰਨਾ ਹੁੰਦਾ ਉਹ ਬਹੁਤ ਔਖਾ ਹੋ ਜਾਂਦਾ, ਕਈ ਵਾਰੀ ਟੇਢੇ ਹੋ ਕੇ ਬੈਠਣਾ, ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਪਰ ਇਹਦਾ ਜਿਹੜਾ ਓਪਰੇਸ਼ਨ ਜਿਵੇਂ ਆਪਾਂ ਕਰਵਾ ਲੈਂਦੇ ਹਾਂ ਜਾਂ ਕਹਿ ਦਿੰਦੇ ਓਪਰੇਸ਼ਨ ਨਾਲ ਇਹਦਾ ਹੱਲ ਹੋ ਜੂ, ਇਹਦਾ ਬਿਲਕੁਲ ਹੱਲ ਨਹੀਂ, ਇੱਦਾਂ ਫਿਰ ਦੁਬਾਰਾ ਇਹ ਬਵਾਸੀਰ ਦੁਬਾਰਾ ਆ ਜਾਂਦੀ ਹੈ। ਇਹਦਾ ਇੱਕੋ ਹੀ ਹੱਲ ਆ ਮੇਨ, ਜੇ ਆਪਾਂ ਖਾਣਾ ਖਾਣ ਤੋਂ ਪਹਿਲਾਂ ਥੋੜ੍ਹਾ ਬਹੁਤ ਸਲਾਦ ਖਾਈਏ, ਰਾ ਫੂਡ ਖਾਈਏ, ਬਾਅਦ 'ਚ ਕੁੱਕੜ ਫੂਡ ਲਈਏ ਤਾਂ ਸਮੱਸਿਆ ਆਉਂਦੀ ਨਹੀਂ। ਜੇ ਥੋੜ੍ਹੀ ਬਹੁਤ ਹੈ ਤਾਂ ਇਹਦੇ ਨਾਲ ਹੱਲ ਵੀ ਹੋ ਜਾਂਦੀ, ਕੋਈ ਜ਼ਿਆਦਾ ਜ਼ਰੂਰੀ ਵੀ ਨਹੀਂ ਹੁੰਦੀਆਂ ਮੈਡੀਸਨ ਲੈਣੀਆਂ। ਬਾਕੀ ਪੱਕਾ ਹੱਲ ਜਿਵੇਂ ਆਪਾਂ ਕਹੀਏ ਵੀ ਕੁਦਰਤੀ ਤਰੀਕੇ ਨਾਲ ਹੀ ਇਹਦਾ ਇਲਾਜ ਕੀਤਾ ਜਾ ਸਕਦਾ, ਕੋਈ ਐਲੋਪੈਥੀ ਵਗੈਰਾ ਨਾਲ ਆਪਾਂ ਟ੍ਰੀਟ ਕਰੀਏ ਇੱਦਾਂ ਨਹੀਂ ਹੋ ਸਕਦਾ। ਅਤੇ ਤੁਸੀਂ ਗੱਲ ਕੀਤੀ ਵੀ ਕਬਜ਼ ਦੀ, ਕਬਜ਼ ਜਿਹੜੀ ਹੁੰਦੀ ਆ, ਕਬਜ਼ ਦਾ ਮਤਲਬ ਹੁੰਦਾ ਇੱਕ ਕਿਸਮ ਦਾ ਕਬਜ਼ਾ, ਅਤੇ ਕਬਜ਼ਾ ਜਿਹੜਾ ਉਹ ਸਾਡੀਆਂ ਅੰਤੜੀਆਂ ਦੇ ਉੱਤੇ ਹੋ ਜਾਂਦਾ ਮਲ ਦਾ। ਅਤੇ ਆਯੁਰਵੇਦ ਇਹ ਕਹਿੰਦਾ ਹੈਗਾ ਕਿ ਜਿੰਨੀਆਂ ਵੀ ਆਪਾਂ ਨੂੰ ਬਿਮਾਰੀਆਂ ਹੁੰਦੀਆਂ ਨੇ ਉਹ ਇਸ ਕਰਕੇ ਹੁੰਦੀਆਂ ਨੇ ਕਿ ਆਪਣੇ ਅੰਦਰ ਕੁਪਿਤ ਮਲ, ਯਾਨੀ ਕਿ ਜਿਹੜਾ ਖਰਾਬ ਮਲ ਹੈ ਉਹ ਇਕੱਠਾ ਹੋ ਗਿਆ, ਉਹ ਅੰਦਰੋਂ ਮਲ ਬਾਹਰ ਨਹੀਂ ਨਿਕਲ ਰਿਹਾ, ਇਸ ਕਰਕੇ ਜਿਹੜਾ ਉਹ ਬਿਮਾਰੀਆਂ ਅੰਦਰ ਸਾਨੂੰ ਹੋ ਜਾਂਦੀਆਂ। ਜਿੰਨੇ ਵੀ ਰੋਗ ਨੇ ਉਹਨਾਂ ਦਾ ਇੱਕ ਸਲੋਕ ਵੀ ਹੈਗਾ ਵੀ ਉਹ ਕੁਪਿਤ ਮਲ ਕਰਕੇ ਹੁੰਦੀਆਂ ਨੇ। ਅਤੇ ਜਿਹੜਾ ਕਬਜ਼ ਹੈ, ਯਾਨੀ ਕਿ ਕਬਜ਼ਾ ਹੋਇਆ, ਉਹ ਗਲੂਟਨ ਕਰਕੇ ਹੋਇਆ। ਗਲੂਟਨ ਯਾਨੀ ਚਿਪਚਿਪਾ ਪਦਾਰਥ, ਯਾਨੀ ਕਿ ਗੂੰਦ ਟਾਈਪ। ਗਲੂਟਨ ਜਿਹੜਾ ਉਹ ਸਭ ਤੋਂ ਵੱਧ ਅਨਾਜ ਦੇ ਵਿੱਚ ਹੁੰਦਾ, ਜੇ ਆਪਾਂ ਕਣਕ ਦੇ ਵਿੱਚ, ਚੌਲਾਂ ਦੇ ਵਿੱਚ, ਇਹ ਅੰਦਰ ਜਾ ਕੇ ਚਿਪ ਕਰਦਾ। ਅਤੇ ਕੀ ਇਹ ਤੁਸੀਂ ਮੰਨਦੇ ਹੋ ਵੀ ਇਹ ਸਭ ਤੋਂ ਵੱਡਾ ਜਿਹੜਾ ਕਾਰਨ ਬਣ ਰਿਹਾ ਇਹ ਗਲੂਟਨ ਇਹਦਾ ਵਿੱਚ ਵੱਡਾ ਕਾਰਨ? ਬਿਲਕੁਲ ਜੀ, ਇਹ ਬਹੁਤ ਵੱਡਾ ਕਾਰਨ ਹੈ। ਅੱਜ ਕੱਲ੍ਹ ਜੰਕ ਫੂਡ ਹੀ ਜ਼ਿਆਦਾ ਖਾਈ ਜਾਂਦੇ ਹਾਂ, ਬਿਲਕੁਲ ਮੈਦਾ ਖਾਈ ਜਾਂਦੇ, ਬਾਹਰਲੀਆਂ ਚੀਜ਼ਾਂ ਦਾ ਅੱਜ ਕੱਲ੍ਹ ਜਿਵੇਂ ਕਹਿੰਦੇ ਬੱਚਿਆਂ ਨੇ ਟ੍ਰੈਂਡ ਬਣਾ ਲਿਆ ਜੀ ਵੀ ਰੋਟੀ ਤਾਂ ਉਹਨਾਂ ਨੂੰ ਬਿਲਕੁਲ ਚੰਗੀ ਨਹੀਂ ਲੱਗਦੀ, ਵੀ ਹਰ ਕੋਈ ਥਾਂ 'ਤੇ ਵੀ ਬਸ ਬਾਹਰਲੀ ਚੀਜ਼ ਖਾਈ ਜਾਣੀ ਹੈ ਜੀ। ਅਤੇ ਮੇਨ ਵੱਡਾ ਕਾਰਨ ਇਹੀ ਆ, ਕੋਲਡ ਡਰਿੰਕ ਪੀਣ ਲੱਗ ਗਏ ਬੰਦਾ, ਫਿਰ ਵਧੀਆ ਤਰੀਕੇ ਨਾਲ ਫਰੂਟ ਖਾਵੇ, ਹੈ ਨਾ, ਅਤੇ ਗਰਮ ਪਾਣੀ ਮਤਲਬ ਬੰਦਾ ਪੀਵੇ। ਫਰੂਟ ਵਗੈਰਾ ਜਿਹੜਾ ਉਹ ਵੀ ਕਈ ਚੀਜ਼ਾਂ ਦੇ ਵਿੱਚ, ਕਈ ਫਰੂਟ ਵੀ ਜਿਹੜੇ ਉਹ ਨੁਕਸਾਨ ਕਰਨਗੇ, ਪਰ ਉਹਦੇ 'ਚ ਜ਼ਿਆਦਾਤਰ ਜੇ ਗਰਮੀਆਂ ਦਾ ਮੌਸਮ ਹੈ ਤਾਂ ਤਰਬੂਜ਼ ਵਗੈਰਾ ਅਤੇ ਖਰਬੂਜ਼ਾ, ਖੀਰੇ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਫਾਇਦੇਮੰਦ ਦੇਣਗੀਆਂ। ਗੱਲ ਚੜੀ ਹੈ ਜੇ ਗਲੂਟਨ ਦੀ, ਬੋਡੀ ਦੇ ਅੰਦਰ ਜਿਹੜਾ ਉਹ ਅੰਤੜੀਆਂ ਦੇ ਵਿੱਚ ਜਿਹੜਾ ਜੰਮ ਜਾਂਦਾ, ਇੱਕ ਨਾ ਸਿਰਫ ਇਹ ਕਬਜ਼ ਦਾ ਕਾਰਨ ਬਣਦਾ ਬਲਕਿ ਅੱਗੇ ਜਾ ਕੇ ਸ਼ੂਗਰ ਦੀ ਜਿਹੜੀ ਸਮੱਸਿਆ ਵੀ ਇਸੇ ਨਾਲ ਹੋ ਜਾਂਦੀ ਹੈ। ਬਿਲਕੁਲ ਜੀ, ਇਹ ਜ਼ਿਆਦਾਤਰ ਤਾਂ ਵੈਸੇ ਆਪਾਂ ਨੂੰ ਕਣਕ ਵੀ ਅਵਾਇਡ ਕਰਨੀ ਚਾਹੀਦੀ ਹੈ, ਕਿਉਂਕਿ ਇਹਦੇ ਵਿੱਚ ਗਲੂਟਨ ਹੁੰਦਾ ਜਾਂ ਚਿਪਚਿਪਾ ਪਦਾਰਥ ਜ਼ਿਆਦਾ ਕਣਕ ਦੇ ਵਿੱਚ ਹੀ ਹੁੰਦਾ। ਜੇ ਇਹਦਾ ਆਪਾਂ ਬਦਲ ਮਿਲਟਸ ਯੂਜ਼ ਕਰੀਏ ਤਾਂ ਉਹਦੇ ਨਾਲ ਵੀ ਸਰੀਰ ਦੀ ਬੋਡੀ ਜਿਹੜੀ ਸਫਾਈ ਹੋਊਗੀ, ਕਿਸ ਅੰਤੜੀਆਂ ਦੀ ਸਫਾਈ ਹੋਊਗੀ, ਜਦ ਅੰਤੜੀਆਂ ਦੀ ਸਫਾਈ ਹੋਊਗੀ ਤਾਂ ਬਵਾਸੀਰ ਕਦੇ ਵੀ ਨਹੀਂ ਹੋਊਗੀ। ਜੇ ਹੋਊਗੀ ਵੀ ਤਾਂ ਇਹਦਾ ਬਹੁਤ ਜ਼ਿਆਦਾ ਵੱਡਾ ਆਰਾਮ ਆਪਾਂ ਨੂੰ ਮਿਲ ਸਕਦਾ ਜੇ ਆਪਾਂ ਮਿਲਟਸ ਯੂਜ਼ ਕਰੀਏ ਤਾਂ। ਮਿਲਟਸ ਦੇ ਵਿੱਚ 10-12% ਫਾਈਬਰ ਹੁੰਦਾ ਜਿਹੜਾ ਕਿ ਬੋਡੀ ਦੀ ਸਫਾਈ ਕਰਦਾ, ਪ੍ਰੋਪਰ ਤਰੀਕੇ ਨਾਲ ਆਪਣੇ ਸਾਰੇ ਸਰੀਰ ਦੀ ਵਾਸ਼ਿੰਗ ਜਾਂ ਆਪਾਂ ਨੂੰ ਤਾਂ ਜਿੰਨਾ ਵੀ ਆਪਣਾ ਸਰੀਰ 'ਚ ਆਪਾਂ ਖਾ ਰਹੇ ਹਾਂ ਅੰਦਰ ਹੀ ਜੰਮ ਰਿਹਾ, ਉਹਦੀ ਸਫਾਈ ਕਰਨ ਵਾਲੀ ਕੋਈ ਚੀਜ਼ ਆਪਾਂ ਨਹੀਂ ਖਾ ਰਹੇ। ਇਸ ਕਰਕੇ ਮਿਲਟਸ ਯੂਜ਼ ਕਰੋ, ਉਹਦੇ ਨਾਲ ਵੀ ਤੁਹਾਨੂੰ ਕਬਜ਼ ਤੋਂ ਅਤੇ ਬਵਾਸੀਰ ਤੋਂ ਛੁਟਕਾਰਾ ਮਿਲ ਸਕਦਾ ਜੀ। ਇਹਦੇ 'ਚ ਮਿਲਟਸ, ਦਰਸ਼ਕਾਂ ਦੀ ਜਾਣਕਾਰੀ ਦੱਸਦੀ ਹੈ ਕਿ ਜਿਹੜਾ ਮਿਲਟਸ ਨੇ ਇਹਦੇ ਅੰਦਰ ਜਿੰਨਾ ਵੀ ਜਿਹੜਾ ਕਾਰਬੋਹਾਈਡਰੇਟਸ ਨੇ ਉਹ ਸਪਾਇਰਲ ਸ਼ੇਪ ਦੀ ਯਾਨੀ ਸਪਰਿੰਗ ਦੇ ਸ਼ੇਪ ਦੇ ਵਿੱਚ ਅੰਦਰ ਲਿਪਟੇ ਹੋਏ ਨੇ, ਅਤੇ ਜਦੋਂ ਬੋਡੀ ਦੇ ਅੰਦਰ ਜਾਂਦਾ ਹੈਗਾ ਮਿਲਟਸ ਤਾਂ ਉਹ ਹੌਲੀ ਹੌਲੀ ਖਲਕ ਕਰਕੇ ਉਹ ਸਪਰਿੰਗ ਖੁੱਲਦਾ ਹੈਗਾ, ਅਤੇ ਹੌਲੀ ਹੌਲੀ ਜਿਹੜਾ ਗਲੂਕੋਜ਼ ਅਤੇ ਹੋਰ ਚੀਜ਼ਾਂ ਜਿਹੜੀਆਂ ਅੰਦਰੋਂ ਰਿਲੀਜ਼ ਹੁੰਦੀਆਂ ਨੇ। ਉਹਦੇ ਨਾਲ ਇੱਕਦਮ ਸ਼ੂਗਰ ਦਾ ਹੜ ਵੀ ਨਹੀਂ ਆਉਂਦਾ, ਜਿਹੜਾ ਅੰਦਰ ਗਲੂਟਨ ਦਾ ਹੜ ਵੀ ਨਹੀਂ ਆਉਂਦਾ, ਅਤੇ ਉਹਦੇ ਨਾਲ ਨਾ ਤਾਂ ਸ਼ੂਗਰ ਦੀ ਸਮੱਸਿਆ ਆਏਗੀ ਨਾ ਕਬਜ਼ ਦੀ ਸਮੱਸਿਆ ਆਏਗੀ। ਫਾਈਬਰ ਕੰਟੈਂਟ ਜ਼ਿਆਦਾ ਹੈਗਾ, ਇਸ ਕਰਕੇ ਜਿਹੜਾ ਉਹ ਫਾਈਬਰ ਕੰਟੈਂਟ ਜ਼ਿਆਦਾ ਹੋਣ ਕਰਕੇ ਅੰਤੜੀਆਂ ਦੇ ਨਾਲ ਅੰਦਰ ਜਾ ਕੇ ਚਿਪਕਦਾ ਵੀ ਨਹੀਂ ਹੈਗਾ। ਅਤੇ ਇਹ ਸਭ ਤੋਂ ਵੱਡੀ ਜਿਹੜੀ ਗੱਲ ਹੈ, ਡਾਕਟਰ ਖਾਦਰ ਵਾਲੀ ਹੋਣੀ ਜਿੱਦਾਂ ਦਾਅਵਾ ਕਰਦੇ ਨੇ ਕਿ ਸਭ ਤੋਂ ਵੱਡੀ ਇਹਦੀ ਗੱਲ ਹੈਗੀ ਹੈ ਕਿ ਉਹ 3 ਘੰਟੇ ਜਾਂ 4 ਘੰਟੇ ਦੇ ਵਿੱਚ ਜਿਹੜਾ ਇਹ ਆਪਣਾ ਹਜ਼ਮ ਹੋ ਜਾਂਦਾ, ਇਹ ਕੀ ਸਹੀ ਕਾਰਨ? ਬਿਲਕੁਲ ਜੀ, ਬਿਲਕੁਲ ਸਹੀ ਗੱਲ, ਹਜ਼ਮ ਹੋ ਜਾਂਦਾ ਜੀ। ਹੋਰ ਵੀ ਇਹਨੇ ਬਹੁਤ ਫਾਇਦੇ ਨੇ, ਜ਼ਿਆਦਾ ਸ਼ੂਗਰ ਨੂੰ ਕੰਟਰੋਲ ਕਰਦਾ, BP ਵੀ ਸਹੀ ਕਰਦਾ, ਆਪਾਂ ਵੇਟ ਘਟਾਉਣਾ ਉਹਦੇ ਲਈ ਵੀ ਆਪਾਂ ਨੂੰ ਇਹ ਬਿਲਕੁਲ ਸਹੀ ਹੈ। ਬਾਕੀ ਮੇਰਾ ਮੰਨਣਾ ਵੀ ਜਿਵੇਂ ਅੱਜ ਕੱਲ੍ਹ ਜ਼ਿਆਦਾਤਰ ਇੰਗਲਿਸ਼ ਸੀਟਾਂ ਅਸੀਂ ਯੂਜ਼ ਕਰਨ ਲੱਗ ਪਏ ਹਾਂ, ਜਿਹੜੀਆਂ ਪਹਿਲਾਂ ਵਾਲੀਆਂ ਸੀ ਉਹ ਜਾਂਦੇ ਸੀ ਅਤੇ ਉਹਦੇ ਨਾਲ ਵਧੀਆ ਤਰੀਕੇ ਨਾਲ ਪੇਟ ਸਾਫ਼ ਹੁੰਦਾ ਸੀ। ਹੁਣ ਇੱਕ ਹੋਰ ਵੱਡੀ ਬਿਮਾਰੀ ਹੈ ਜਿਹੜਾ ਆਪਾਂ ਮੋਬਾਈਲ ਤਕਰੀਬਨ ਹੀ ਬੱਚੇ ਨਾਲ ਲੈ ਕੇ ਜਾਂਦੇ ਆ, ਉਹ ਮੋਬਾਈਲ ਲੈ ਕੇ ਜਾਂਦੇ ਆ ਅਤੇ ਵਿੱਚ ਕੋਈ ਗੇਮ ਖੇਡਣ ਲੱਗ ਪਿਆ, ਕੋਈ ਇੰਸਟਾਗ੍ਰਾਮ ਚਲਾਉਣ ਲੱਗ ਪਿਆ, ਕੋਈ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਦੌਰ ਹੈ, ਅਤੇ ਜਿਹੜਾ ਅੱਧਾ ਘੰਟਾ ਕਈ ਬੱਚੇ ਬੈਠੇ ਰਹਿੰਦੇ ਨੇ ਸੀਟਾਂ 'ਤੇ, ਇਹਦਾ ਬਹੁਤ ਵੱਡਾ ਕਾਰਨ ਹੈ ਮੈਂ ਮੰਨਦਾ। ਅਤੇ ਜਦੋਂ ਮੰਨ ਲਿਆ ਵੀ ਉਹ ਇੱਕ ਡਾਇਗਨੋਸ ਹੋਇਆ, ਉਹਨੂੰ ਜਿਹੜਾ ਬਵਾਸੀਰ ਡਾਇਗਨੋਸ ਹੋ ਗਈ ਕਿਸੇ ਨੂੰ, ਜਾਂ ਕਿਸੇ ਨੂੰ ਲੱਗਿਆ ਵੀ ਬਲੱਡ ਆ ਰਿਹਾ, ਫਿਰ ਉਹ ਕੀ ਸਿਮਟਮ ਆਉਂਦੇ ਨੇ ਉਹਦੇ ਵਿੱਚ ਵੀ ਜਦੋਂ ਬਵਾਸੀਰ ਹੋਣ ਲੱਗਦੀ ਹੈ ਡਾਕਟਰ ਸਾਹਿਬ?
ਸਿੰਪਟਮ ਤਾਂ ਸਭ ਤੋਂ ਪਹਿਲਾਂ ਜੀ ਆਪਾਂ ਬੈਠਣ ਲੱਗੇ ਤਕਲੀਫ ਹੁੰਦੀ ਹੈ, ਆਪਾਂ ਨੂੰ ਬੈਠਿਆ ਜਾਂਦਾ ਸਾਰਾ ਸਾਰਾ ਦਿਨ ਦਰਦ ਰਹਿੰਦੀ ਹੈ, ਜੇ ਅੰਦਰ ਕੋਈ ਹੋਰ ਪ੍ਰੋਬਲਮ ਹੋਵੇ ਉਹ ਦਰਦ ਘੰਟੇ ਅੱਧੇ ਘੰਟੇ ਬਾਅਦ ਰੁਕ ਵੀ ਸਕਦੀ ਹੈ, ਪਰ ਇਹ ਸਾਰਾ ਦਿਨ ਦਰਦ ਰਹਿੰਦਾ, ਰਾਤ ਨੂੰ ਵੀ ਦਿਨੇ ਵੀ ਕਿਤੇ। ਹਾਂਜੀ ਇਹਦਾ ਛੋਟਾ ਨਿੱਕਾ ਨਿੱਕਾ ਦਰਦ ਹੁੰਦਾ ਹੀ ਰਹਿੰਦਾ ਜੀ, ਜਦ ਆਪਾਂ ਟੋਇਲਟ ਜਾਵਾਂਗੇ ਉਸ ਟਾਈਮ ਜ਼ਿਆਦਾ ਹੋਊਗਾ ਇੱਕ ਦੋ ਘੰਟੇ, ਬਾਅਦ ਵਿੱਚ ਹੌਲੀ ਹੌਲੀ ਨਿੱਕਾ ਨਿੱਕਾ ਦਰਦ ਸਾਰਾ ਦਿਨ ਰਹੂਗਾ। ਇਹਦੇ ਵਿੱਚ ਕੋਈ ਜ਼ਿਆਦਾ ਲੰਮਾ ਚੌੜਾ ਡੀਪ ਜਾਣ ਦੀ ਲੋੜ ਨਹੀਂ, ਆਪਣੇ ਆਪ ਹੀ ਆਪਾਂ ਨੂੰ ਪਤਾ ਚੱਲ ਸਕਦਾ ਸਾਨੂੰ ਬਵਾਸੀਰ ਹੈ। ਜਦੋਂ ਬਵਾਸੀਰ ਹੋ ਜਾਂਦੀ ਹੈ ਫਿਰ ਉਸ ਇਨਸਾਨ ਨੂੰ ਸਭ ਤੋਂ ਪਹਿਲਾਂ ਕੀ ਕਰਨਾ ਪਏਗਾ? ਦੇਖੋ ਜੀ ਉਹਦਾ ਸਭ ਤੋਂ ਪਹਿਲਾਂ ਤਾਂ ਚਲੋ ਦੇਸੀ ਚੀਜ਼ਾਂ ਵਰਤਣ, ਜਿਵੇਂ ਆਪਾਂ ਮਿਲਟ ਦੀ ਗੱਲ ਕੀਤੀ ਆ ਜਾਂ ਗਰਮ ਪਾਣੀ, ਕਿਉਂ ਕਬਜ਼ੀ ਹੈ ਮੇਨ ਚੀਜ਼ ਤਾਂ, ਅਤੇ ਚਲੋ ਉਸ ਤੋਂ ਬਾਅਦ ਨਹੀਂ ਤਾਂ ਫਿਰ ਇਹਨਾਂ ਨੂੰ ਕਿਸੇ ਵਧੀਆ ਡਾਕਟਰ ਵੱਲ ਰੁੱਖ ਕਰਨਾ ਚਾਹੀਦਾ ਜੀ। ਅਤੇ ਵਧੀਆ ਡਾਕਟਰ ਦੇ ਵਿੱਚ ਜਿਹੜਾ ਇਲੈਕਟ੍ਰੋਹੋਮਿਓਪੈਥੀ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਇਹਦੇ 'ਚ ਵਧੀਆ ਇਲਾਜ ਹੈਗਾ ਜੀ? ਹਾਂਜੀ ਇਲੈਕਟ੍ਰੋਹੋਮਿਓਪੈਥੀ 'ਚ ਵਰਦਾਨ ਆ ਜੀ, ਕਿਉਂਕਿ ਸਰੀਰ ਆਪਣਾ ਕੁਦਰਤੀ ਤਰੀਕੇ ਨਾਲ ਹੀ ਬਣਿਆ ਅਤੇ ਕੁਦਰਤੀ ਭਾਸ਼ਾ ਹੀ ਸਮਝਦਾ। ਇਹ ਜਿਹੜੀ ਆਪਣੀ ਮੈਡੀਸਨ ਹੈ 115 ਪਲਾਂਟ ਤੋਂ ਬਣੀ ਹੋਈ ਹੈ, 0% ਕੈਮੀਕਲ, ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ, ਕੋਈ ਸਾਈਡ ਇਫੈਕਟ ਨਹੀਂ, ਇਸੇ ਲਈ ਇਹ ਦੁਨੀਆ ਭਰ 'ਚ ਜਾਣੀ ਜਾਂਦੀ ਹੈ। ਇਹਦਾ ਪਸਾਰਾ ਅੱਗੇ ਨਾਲੋਂ ਬਹੁਤ ਜ਼ਿਆਦਾ ਵੱਧ ਰਿਹਾ, ਕਿਉਂਕਿ ਪੇਸ਼ੈਂਟ ਨੂੰ ਕਿਓਰ ਕਰ ਦਿੰਦੀ ਹੈ, ਕੋਈ ਵੀ ਰੋਗ ਹੋਵੇ ਸਭ ਨੂੰ ਕਿਓਰ ਕਰਨ ਦੇ ਵਿੱਚ ਸਮਰੱਥ ਆ। ਅਸੀਂ ਕਹਿ ਸਕਦੇ ਹਾਂ ਖੁਸ਼ੀ ਨਾਲ ਵੀ ਅਸੀਂ ਕੋਈ ਵੀ ਪੇਸ਼ੈਂਟ ਦਾ ਕੋਈ ਵੀ ਰੋਗ ਹੋਵੇ ਇਸ ਪੈਥੀ ਨਾਲ ਅਸੀਂ ਉਹਦਾ ਇਲਾਜ ਈਵਨ ਕੈਂਸਰ ਤੱਕ ਵੀ ਖਤਮ ਕਰ ਦਿੰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਅਤੇ ਡਾਕਟਰ ਸਿੱਧੂ ਇਹਦੇ ਵਿੱਚ ਜਦੋਂ ਇਲਾਜ ਆਪਾਂ ਸਟਾਰਟ ਕਰਦੇ ਹਾਂ ਉਹਦੇ 'ਚ ਪਰਹੇਜ਼ ਜਿਹੜੇ ਫਿਰ ਕਿਹੜੇ ਕਿਹੜੇ ਕਰਦੇ? ਪਰਹੇਜ਼ ਪਹਿਲਾਂ ਤਾਂ ਜੰਕ ਫੂਡ ਹੀ ਆ ਜੀ, ਤਲੀਆਂ ਚੀਜ਼ਾਂ ਜਾਂ ਜ਼ਿਆਦਾ ਮਿਰਚ ਵਾਲੀਆਂ ਜਿਹੜੀਆਂ ਅੱਜ ਕੱਲ੍ਹ ਸਪਾਈਸੀ ਚੀਜ਼ਾਂ ਖਾਂਦੇ ਉਹ ਆਪਾਂ ਨੂੰ ਬੰਦ ਕਰਨੀਆਂ ਪੈਣੀਆਂ ਜੀ। ਕਣਕ, ਚੌਲ, ਦੁੱਧ, ਰਿਫਾਇੰਡ, ਚੀਨੀ, ਚਿੱਟਾ ਨਮਕ, ਇਹ ਸਾਰੀਆਂ ਚੀਜ਼ਾਂ ਵੀ ਬੰਦ ਕਰਨੀਆਂ? ਬਿਲਕੁਲ ਜੀ, ਕਣਕ ਤਾਂ ਸਭ ਤੋਂ ਪਹਿਲਾਂ ਤਾਂ ਦੁੱਧ ਤੋਂ ਬਣੀਆਂ ਸਾਰੀਆਂ ਚੀਜ਼ਾਂ ਹੀ ਬੰਦ ਕਰਨੀਆਂ ਪੈਣੀਆਂ ਜੀ, ਇਹ ਸਾਰੀਆਂ ਚੀਜ਼ਾਂ ਨੁਕਸਾਨਦੇ, ਜੇ ਚਿਕਨਾਹਟ ਵਾਲੀਆਂ ਚੀਜ਼ਾਂ ਤਾਂ ਸਾਰੀਆਂ ਹੀ ਆਪਾਂ ਨੂੰ ਬੰਦ ਕਰਨੀਆਂ ਪੈਣੀਆਂ ਜੀ। ਇਹ ਜਦੋਂ ਆਪਾਂ ਬੰਦ ਕਰਦੇ ਹਾਂ ਡਾਕਟਰ ਸ਼ਰਮਾ, ਕਿ ਇਹ ਕਿੰਨੇ ਦਿਨ ਬਾਅਦ ਫਿਰ ਆਪਾਂ ਨੂੰ ਜਿਹੜਾ ਇੱਕ ਤਾਂ ਮਤਲਬ ਆਪਾਂ ਜਿਹੜੀ ਬਾਹਰੋਂ ਇਨਸਲਟ ਬੰਦ ਬੋਡੀ ਦੇ ਅੰਦਰ ਜਾ ਰਹੀ ਹੈ, ਇੱਕ ਤਾਂ ਉਹ ਬੰਦ ਹੋ ਗਈ, ਇੱਕ ਆਪਾਂ ਦਵਾਈ ਪਾਉਣ ਲੱਗੇ, ਕਿੰਨੇ ਦਿਨ ਬਾਅਦ ਜਿਹੜਾ ਆਪਣੀ ਦਵਾਈ ਜਿਹੜੀ ਅਸਰ ਕਰਨੀ ਸ਼ੁਰੂ ਕਰ? ਸਾਡੇ ਕੋਲ ਪੇਸ਼ੈਂਟ ਜੀ ਅਸੀਂ ਤਾਂ 90 ਦਿਨ ਦੇ ਕਹਿ ਕੇ ਚੱਲਦੇ, ਬਾਕੀ ਰਿਜ਼ਲਟ ਈਵਨ 1 ਮੰਥ ਦੇ ਵਿੱਚ ਕਿਓਰ ਹੀ ਹੋਏ ਆ ਬਿਲਕੁਲ, ਕੋਈ ਮੈਡੀਸਨ ਦੀ ਦੁਬਾਰਾ 15 ਦਿਨ ਦੀ ਇੱਕ ਵਾਰੀ ਦਈ ਦੀ, 15 ਦਿਨ ਦੀ ਇੱਕ ਵਾਰੀ, ਉਸ ਤੋਂ ਬਾਅਦ ਲੋਡ ਨਹੀਂ ਪਏਗੀ, ਬਿਲਕੁਲ ਹੀ ਠੀਕ ਹੋਏ ਪੇਸ਼ੈਂਟ ਸਾਡੇ ਕੋਲ, 100% ਹੀ ਇਹਦੇ 'ਚ ਰਿਜ਼ਲਟ ਆ। ਇੱਕ ਨਾਲ ਅਸੀਂ ਪੇਸ਼ੈਂਟ ਨੂੰ ਆਪਾਂ ਨੂੰ ਅੱਜ ਕੱਲ੍ਹ ਹਰ ਕੋਈ ਦਵਾਈ ਦੇ ਰਿਹਾ ਪੇਸ਼ੈਂਟ ਨੂੰ, ਉਹਨੂੰ ਦੱਸ ਨਹੀਂ ਰਿਹਾ ਵੀ ਤੂੰ ਡਾਇਟ ਕੀ ਲੈਣੀ ਹੈ, ਜਾਂ ਉਹਨੂੰ ਆਪਾਂ ਸਾਰਾ ਜਦੋਂ ਗਾਈਡ ਕਰ ਦਿੱਤਾ ਉਹਨੂੰ ਅੱਗੇ ਤੋਂ ਆਪਣੇ ਘਰ ਦੇ ਵੀ ਬੱਚਿਆਂ ਨੂੰ, ਵਾਈਫ ਨੂੰ ਜਾਂ ਕਿਸੇ ਨੂੰ ਵੀ ਗਾਈਡ ਕਰਨ 'ਚ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ, ਉਹਨੂੰ ਸਾਰਾ ਕੁਛ ਆਪਾਂ ਦੱਸਣਾ ਚਾਹੀਦਾ, ਨਾਲ ਖਾਣ ਪੀਣ ਵੀ ਦੱਸਾਂਗੇ, ਅੱਗੇ ਤੋਂ ਉਹਦੀ ਸਿਹਤ ਪਰਿਵਾਰ ਉਹ ਆਪ ਠੀਕ ਕਰ ਸਕਦਾ। ਡਾਕਟਰ ਸਾਹਿਬ ਇੱਕ ਚੀਜ਼ ਦੱਸੋ ਮੈਨੂੰ, ਮਾਫ਼ ਕਰਨਾ ਹੈ ਤਾਂ ਤੁਹਾਡੇ ਪ੍ਰੋਫੈਸ਼ਨ ਦੀ ਉਹ ਗੱਲ ਹੈ, ਪਰ ਇਲੈਕਟ੍ਰੋਹੋਮਿਓਪੈਥੀ ਦੀਆਂ ਦਵਾਈਆਂ ਮਹਿੰਗੀਆਂ ਬੜੀਆਂ ਨੇ ਮਾਰਕੀਟ 'ਚ, ਜਦੋਂ ਲੈ ਰਹੇ ਹਾਂ ਤਾਂ ਉਹਦੇ 'ਚ ਤਾਂ ਬੜੇ 3-3, 4-4 ਹਜ਼ਾਰ, 5-5 ਹਜ਼ਾਰ, 10-10 ਹਜ਼ਾਰ ਤੱਕ ਦੀਆਂ ਦਵਾਈਆਂ ਮਿਲ ਰਹੀਆਂ ਨੇ। ਸਰ ਮਹਿੰਗੀਆਂ ਨਹੀਂ ਦਵਾਈਆਂ, ਕੰਪਨੀ ਵੱਲੋਂ ਕਿਸੇ ਨੂੰ ਮਹਿੰਗੀ ਮੈਡੀਸਨ ਨਹੀਂ ਦਿੱਤੀ ਜਾ ਰਹੀ, ਜਿੱਦਾਂ ਤੁਸੀਂ ਰੈਬੀਸਨ ਜਾਂ ਹੋਰ ਵੀ ਜਿੰਨੀਆਂ ਕੰਪਨੀਆਂ ਨਾਲ, ਉਹਨਾਂ ਦੇ ਪੇਟੈਂਟ ਰੇਟ ਸਭ 150 ਰੁਪਏ ਤੋਂ ਉੱਪਰ ਕਿਸੇ ਦਾ ਨਹੀਂ ਗਾ। ਹਾਂ ਕੁਛ ਡਾਕਟਰਸ ਤੁਸੀਂ ਲਾ ਲਓ ਉਹਦੇ ਵਿੱਚੋਂ ਮੈਡੀਸਨ ਅਲੱਗ ਸ਼ੀਸ਼ੀ 'ਚ ਪਾ ਕੇ ਆਪਣਾ ਲੈਬਲ ਲਗਾ ਕੇ 500-600 ਕਰ ਰਹੇ ਆ, ਉਹਦੇ ਵਿੱਚ ਕੰਪਨੀ ਦਾ ਕੋਈ ਕਸੂਰ ਨਹੀਂ, ਉਹਦੇ 'ਚ ਡਾਕਟਰ ਦਾ ਹੀ ਕਸੂਰ ਹੈ, ਬਾਕੀ ਇੱਦਾਂ ਕਰਨਾ ਨਹੀਂ ਚਾਹੀਦਾ। ਜੇ ਹੁਣ ਪੇਸ਼ੈਂਟ ਤਾਂ ਅੱਗੇ ਵਿਚਾਰਾ ਮੁਸੀਬਤ 'ਚ ਫਸਿਆ, ਜੇ ਅਸੀਂ ਲੁੱਟ ਕਰਾਂਗੇ ਫਿਰ ਭਲੇ ਵਾਲੀ ਗੱਲ ਤਾਂ ਕੋਈ ਨਹੀਂ ਦੀ। ਜਿਹੜੀ ਦਵਾਈ ਤੁਸੀਂ 500-600 ਵਾਲੀ ਕਹਿ ਰਹੇ ਹੋ ਵੀ 150 ਰੁਪਏ ਦੀ ਹੈਗੀ ਹੈ, ਉਹ ਅਸਲੀ ਦਵਾਈ ਹੈ ਕਿ ਅਸਲੀ ਨਕਲੀ ਦੀ ਪਛਾਣ ਕਿਵੇਂ ਹੋਏਗੀ? ਬਿਲਕੁਲ ਜੀ, ਅਸੀਂ ਰੈਬੀਸਨ ਇੰਡੀਆ ਦੀ ਮੈਡੀਸਨ ਅਸੀਂ ਯੂਜ਼ ਕਰ ਰਹੇ ਹਾਂ, ਅਤੇ ਉਹਦਾ ਆਲ ਓਵਰ ਇੰਡੀਆ 'ਚ ਸੇਮ ਇੱਕ ਹੀ ਰੇਟ ਹੋਊਗਾ ਜੀ। ਪੇਟੈਂਟ ਮੈਡੀਸਨ ਆ, ਜਿਵੇਂ ਇਹਨਾਂ ਦੀ ਆਰ ਸੀਰੀਜ਼ ਆਉਂਦੀ ਆ 1 ਤੋਂ ਲੈ ਕੇ 33 ਤੱਕ ਜੀ, ਜਿਵੇਂ ਹੁਣ ਕਈ ਡਾਕਟਰ ਉਹਨੂੰ ਆਪਦਾ ਨਾਂ ਲੈ ਕੇ ਵੀ ਚਲੋ, ਕਿਉਂਕਿ ਉਹ ਮਾਰਕੀਟ ਆਪਾਂ ਉਹਦੇ 'ਤੇ ਕੋਈ ਕਮੈਂਟ ਨਹੀਂ ਕਰ ਸਕੇ, ਉਹ ਅਗਲੇ ਦੀ ਮਾਰਕੀਟਿੰਗ ਆ, ਕਿਉਂਕਿ ਜੇ ਉਹ ਕੰਪਨੀ ਨੇ ਮੈਨੂਫੈਕਚਰਿੰਗ ਕਰਨੀ ਹੈ ਜੀ, ਅਤੇ ਮਾਰਕੀਟਿੰਗ ਡਾਕਟਰ ਜਦੋਂ ਆਪਦੀ ਕਰਨਗੇ ਤਾਂ ਇਹਦੇ ਵਿੱਚ ਕੰਪਨੀ ਵੀ ਕੁਛ ਨਹੀਂ ਕਰ ਸਕਦੀ, ਕਿਉਂਕਿ ਉਹਨਾਂ ਨੇ ਤਾਂ ਮਾਲ ਵੇਚਣਾ ਆਪਦਾ ਜੀ। ਅਤੇ ਇਸ ਕਰਕੇ ਜਿਹੜੇ ਹੁਣ ਵੈਸੇ ਹੈ ਧੱਕਾ, ਜਿਹੜੀ 150 ਰੁਪਏ ਦੀ ਚੀਜ਼ ਅਸੀਂ 500-600 ਰੁਪਏ ਦੇ ਰਹੇ ਹਾਂ, ਉਹ ਤਾਂ ਖੂਨ ਪੀਣ ਵਾਲੀ ਗੱਲ ਹੈ, ਨਿਚੋੜਨ ਵਾਲੀ ਗੱਲ, ਕਿਉਂਕਿ ਜਿਹੜਾ ਸਾਡੇ ਕੋਲ ਤਾਂ ਪਹਿਲਾਂ ਹੀ ਪੇਸ਼ੈਂਟ ਅੱਕਿਆ ਹੋਇਆ ਹੁੰਦਾ, ਜਿਵੇਂ ਸਮਝੋ ਵੀ ਸਾਰੇ ਪਾਸੇ ਜਦੋਂ ਐਲੋਪੈਥੀ ਦੇ ਵਿੱਚੋਂ ਵਿਚਾਰੇ ਦਾ ਹੱਥ ਤੰਗ ਹੋ ਜਾਂਦਾ, ਚਾਰਜ ਫਿਰੇ ਜਾ ਕੇ ਨਹੀਂ ਕਿਤੋਂ ਰਾਹਤ ਮਿਲਦੀ, ਅਤੇ ਅਖੀਰਲੀ ਵਾਰੀ ਸਾਡੇ ਕੋਲ ਖੀਰ 'ਤੇ ਆਉਣਾ ਸਭ ਤੋਂ ਹੀ, ਜਦੋਂ ਸਾਰੇ ਪਾਸੇ ਰਸਤੇ ਬੰਦ ਹੋਏ ਜਾਂ ਜਦੋਂ ਉਹਨਾਂ ਕੋਲ ਆਪਸ਼ਨ ਇੱਕ ਓਪਰੇਟ ਦੀ ਰਹਿ ਜਾਂਦੀ ਹੈ, ਫਿਰ ਪੇਸ਼ੈਂਟ ਸੋਚਦਾ ਵੀ ਚਲੋ ਜਿੱਥੇ ਇੰਨੀ ਦਵਾਈ ਲਈ ਹੋ ਇਹ ਵੀ ਦਵਾਈ ਲੈ ਕੇ ਵੇਖ ਲਈਏ, ਅਤੇ ਇੱਥੇ ਫਿਰ ਲੁੱਟ ਕਰੀਏ ਅਤੇ ਫਿਰ ਠੀਕ ਨਹੀਂ ਗੱਲ। ਨਹੀਂ ਪਰ ਇਹ ਪਤਾ ਕਿਵੇਂ ਲੱਗੂਗਾ ਵੀ ਤੁਹਾਡੇ ਵਾਲੀ ਦਵਾਈ ਅਸਲੀ ਆ ਵਾਕਈ?
ਅਸਲੀ ਤਾਂ ਸਰ ਜਦੋਂ ਅਸੀਂ ਪੇਟੈਂਟ ਹੀ ਕੰਪਨੀ ਦਾ ਦੇ ਦੇਣਾ, ਤੁਸੀਂ ਮੰਨ ਲਓ ਰੈਵੀਸਨ ਹੀ ਹੈ ਉਹਦੇ ਉੱਪਰ ਉਹਦਾ ਮਾਰਕ ਉਹਦਾ ਸਾਰਾ ਬਾਇਓਡਾਟਾ ਲਿਖਿਆ, ਫਿਰ ਉਹ 'ਚ ਨਕਲੀ ਕਿਵੇਂ ਹੋ ਸਕਦੀ? ਸਾਡੇ ਕੋਲ ਬਿੱਲ ਨੇ ਪੱਕੇ ਸਾਰਾ ਕੁਛ, ਜੇ ਅਸੀਂ ਉਹਨੂੰ ਲਾਇਸੈਂਸ ਉੱਤੇ ਲਾਇਸੈਂਸ ਨੰਬਰ ਉੱਤੇ ਕੰਪਨੀ ਮਨਜ਼ੂਰ ਸੋਧਾ ਕੰਪਨੀ ਹੈ ਸਭ ਕੁਛ ਜੀ ਬਿਲਕੁਲ, ਉਹਦੇ ਉੱਪਰ ਸਾਰਾ ਕੰਪਨੀ ਨੇ ਆਪਣਾ ਡਾਟਾ ਪਾਇਆ, ਚਾਹੇ ਕੋਈ ਔਨਲਾਈਨ ਦੇਖੇ ਚਾਹੇ ਜਿੱਦਾਂ ਮਰਜ਼ੀ, ਨਕਲੀ ਅਸੀਂ ਉਹਨੂੰ ਕਹਿ ਸਕਦੇ ਹਾਂ ਉਸ, ਅਸੀਂ ਜੇ ਆਪਦੀ ਸ਼ੀਸ਼ੀ 'ਚ ਪਾ ਕੇ ਉਹਦੇ ਉੱਪਰ ਲੇਬਲ ਚਪਕਾਵਾਂਗੇ ਉਹਨੂੰ ਪੇਸ਼ੈਂਟ ਨਕਲੀ ਕਹਿ ਸਕਦਾ, ਰੈਬੀਸਨ ਜਾਂ ਕਿਸੇ ਵੀ ਕੰਪਨੀ ਨੂੰ ਕੰਪਨੀ ਦੀ ਚੀਜ਼ ਨੂੰ ਨਕਲੀ ਨਹੀਂ ਕਹਿ ਸਕਦੇ। ਰਿਜ਼ਲਟ ਹੈਗੇ ਨੇ ਜੀ ਉਹਦੇ? ਪੂਰਾ 100% ਰਿਜ਼ਲਟ ਆ ਜੀ, ਰਿਜ਼ਲਟ ਸਰ ਰਿਜ਼ਲਟ ਇਹ ਆ ਵੀ ਜੇ ਆਪਾਂ ਧਰਮ ਕਰਮ ਨਾਲ ਕੰਮ ਕਰਾਂਗੇ ਉਹੀ ਚੀਜ਼ ਉੱਤੇ 100% ਕੰਮ ਕਰੇਗੀ, ਜੇ ਅਸੀਂ ਲੁੱਟ ਖਸੁੱਟ ਦੇ ਤਰੀਕੇ ਨਾਲ ਉਹਨੂੰ ਟ੍ਰੀਟ ਕਰਾਂਗੇ ਤਾਂ ਉਹੀ ਮੈਡੀਸਨ ਉਹ ਜ਼ਹਿਰ ਬਣ ਜਾਏਗੀ, ਉਹਨੂੰ ਰਿਜ਼ਲਟ ਨਹੀਂ ਦੇਵੇਗੀ। ਇੱਕ ਪਰਮਾਤਮਾ ਦਾ ਵੀ ਆਸਰਾ ਲੈਣਾ ਚਾਹੀਦਾ ਇਸ ਚੀਜ਼ ਦੇ ਵਿੱਚ। ਇਹਨਾਂ ਦੇ ਕੋਈ ਹੁੰਦੀ ਸੀਰੀਜ਼ ਹੁੰਦੀ ਆ, ਆਰ ਸੀਰੀਜ਼, ਐਸ ਸੀਰੀਜ਼, ਕੁਝ ਇਸ ਤਰ੍ਹਾਂ, ਉਹ ਵੀ ਰੈਬੀਸਨ 'ਚ ਵੀ ਸਾਰੀਆਂ ਹੈਗੀਆਂ? ਹਾਂਜੀ, ਰੈਬੀਸਨ ਦੀ ਆਰ ਸੀਰੀਜ਼ ਹੀ ਹੈ ਜੀ, 1 ਤੋਂ ਲੈ ਕੇ 33 ਤੱਕ ਮੈਡੀਸਨ ਨੇ, ਉਹਨਾਂ ਨੇ ਆਰ ਹੀ ਆਰ ਦੇ ਨਾਮ 'ਤੇ ਹੀ ਆ, ਕੋਈ ਅਲੱਗ ਅਲੱਗ ਤਰੀਕਿਆਂ ਨਾਲ ਕੋਈ ਅਲੱਗ ਅਲੱਗ ਕੰਪਨੀਆਂ ਨੇ ਕੋਈ ਐਚ ਸੀਰੀਜ਼ ਬਣਾ ਦੀ, ਕਿਸੇ ਨੇ ਕੋਈ, ਕਿਸੇ ਨੇ ਕੋਈ, ਕਿਸੇ ਨੇ ਕੋਈ, ਉਹ ਅਲੱਗ, ਉਹ ਆਪਦਾ ਡਾਕਟਰ ਦਾ ਦਿਮਾਗ ਆ ਅਲੱਗ ਅਲੱਗ ਦਾ। ਅੱਛਾ, ਮਤਲਬ ਇਹ ਕੱਲੀ ਰੈਬੀਸਨ ਦੀ ਜਿਹੜੀ ਆ ਉਹ ਆਰ ਸੀਰੀਜ਼ ਹੀ ਹੈਗੀ? ਹਾਂਜੀ, ਉਹ ਆਰ ਸੀਰੀਜ਼ ਦੇ ਨਾਮ 'ਤੇ ਚੱਲ ਰਹੀ ਹੈ ਜੀ, ਬਿਲਕੁਲ R1 ਤੋਂ R33 ਤੱਕ, ਅਤੇ ਜੋ ਉਹਨਾਂ ਦੇ ਮੇਨ ਪ੍ਰੋਡਕਟ ਸਭ ਦੇ ਉੱਪਰ ਰੈਬੀਸਨ ਲਿਖਿਆ ਹੋਊਗਾ। ਕਿੰਨੇ ਤੱਕ ਇਹ R1 ਤੋਂ R33 ਤੱਕ ਸਾਰੀਆਂ 150 ਰੁਪਏ ਦੀਆਂ ਨੇ? ਮਿਨੀਮਮ 150 ਰੁਪਏ ਜੀ, ਇਕੱਲੀ R27 ਹੈ ਜਿਹੜੀ ਉਹ ਥੋੜ੍ਹੀ ਮਹਿੰਗੀ ਹੁੰਦੀ ਬਸ, ਬਾਕੀ ਸਾਰੀਆਂ 150 ਰੁਪਏ ਦੇ ਵਿੱਚ ਹੀ ਹੈ ਪੇਸ਼ੈਂਟ ਵਾਸਤੇ। ਇਹ ਤਾਂ ਫਿਰ ਬਹੁਤ ਜ਼ਿਆਦਾ ਮਹਿੰਗੀ ਮਿਲ ਰਹੀ ਹੈ ਮਾਰਕੀਟ ਦੇ ਵਿੱਚ ਦਵਾਈ, ਤਾਂ ਫਿਰ ਪਤਾ ਨਹੀਂ ਕਿਵੇਂ ਦਰਸ਼ਕ ਜਿਹੜੇ ਨੇ ਜਾਂ ਜਿਹੜੇ ਪੇਸ਼ੈਂਟ ਨੇ ਉਹ ਕਿੱਦਾਂ ਇਹ ਮਾਰ ਨੂੰ ਚੱਲ ਰਹੇ ਹੋਣੇ। ਚਲੋ ਆਪਾਂ ਬਾਵਾਸੀਰ ਦੀ ਦਵਾਈ ਜਿਹੜੀ ਹੈ ਉਹ ਜੇਕਰ ਕੋਈ ਪੇਸ਼ੈਂਟ ਲੈਂਦਾ ਹੈਗਾ ਤਾਂ ਉਹ ਇੱਕ ਪੇਸ਼ੈਂਟ ਨੂੰ ਮਹੀਨੇ ਦੀ ਦਵਾਈ ਜਿਹੜੀ ਆ ਉਹ ਕਿੰਨੇ ਕੁ ਦੀ ਪੈ ਜਾਂਦੀ? ਸਰ ਅਸੀਂ 15 ਦਿਨ ਦੀ ਮੈਡੀਸਨ ਦਿੰਦੇ ਹਾਂ ਪਹਿਲਾਂ, ਮਿਨੀਮਮ ਕੋਈ 800-900 ਰੁਪਏ ਦੀ, ਕੋਈ ਇਸ ਤੋਂ ਜ਼ਿਆਦਾ ਨਹੀਂ ਲੈ ਰਹੇ ਅਸੀਂ, ਬਸ 150 ਰੁਪਏ ਪਰ ਬੋਟਲ ਦੇ ਹਿਸਾਬ ਨਾਲ, 5-6 ਬੋਟਲਾਂ ਹੁੰਦੀਆਂ, 15 ਦਿਨ ਦੀ ਮੈਡੀਸਨ ਹੁੰਦੀ ਹੈ, 15 ਦਿਨ ਦੀ ਫਿਰ ਦੇ ਦਾਂਗੇ, 1 ਮਹੀਨੇ ਦੇ ਜੀਵਨ ਬਿਲਕੁਲ ਠੀਕ ਹੋ ਜਾਂਦੇ ਪੇਸ਼ੈਂਟ, 100% ਕਿਓਰ ਹੋ ਜਾਂਦੇ, ਨਾਲ ਅਸੀਂ ਗਿਆਨ ਉਹਨੂੰ ਫਰੀ ਦੇ ਦਿੰਦੇ ਹਾਂ, ਜਿੰਨਾ ਵੀ ਹੋਰ ਜੰਕ ਫੂਡ ਉਹਨਾਂ ਦੇ ਘਰ ਚੱਲ ਰਿਹਾ, ਵਾਈਟ ਨਮਕ ਯੂਜ਼ ਕਰ ਰਹੇ ਨੇ, ਰਿਫਾਇੰਡ ਯੂਜ਼ ਕਰ ਰਹੇ ਨੇ, ਉਹ ਫਰੀ ਦੀ ਸਲਾਹ, ਐਕਸਟਰਾ ਤੋਂ ਕੋਈ ਅਸੀਂ ਪੇਮੈਂਟ ਨਹੀਂ ਲੈ ਰਹੇ, ਸੇਵਾ ਭਾਵਨਾ ਨਾਲ ਕੰਮ ਕਰ ਰਹੇ ਹਾਂ ਅਸੀਂ। ਸਿੱਧੂ, ਜੇਕਰ ਦਵਾਈ ਮੰਨ ਲਓ ਕਿ ਵਿਦੇਸ਼ 'ਚ ਦਵਾਈ ਮੰਗਾਉਂਦਾ ਅਤੇ ਉਹ ਉਹਦੇ 'ਚ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਅਤੇ ਪਲੱਸ ਬਿੱਲ ਮੰਗਦੇ ਨੇ, ਕੀ ਉਹ ਤੁਸੀਂ ਨਾਲ ਦੇ ਦਿਓ? ਬਿਲਕੁਲ ਜੀ, ਸਾਰਾ ਕੁਝ ਪ੍ਰੋਵਾਈਡ ਕਰਦੇ ਹਾਂ, ਸਾਡੀ ਮੈਡੀਸਨ ਜਾਂਦੀ ਹੈ ਜੀ ਆਸਟ੍ਰੇਲੀਆ, ਕੈਨੇਡਾ, ਸਾਰੀਆਂ ਜਗ੍ਹਾ 'ਤੇ ਮੈਡੀਸਨ ਜਾਂਦੀ ਹੈ ਜੀ, ਬਿਲਕੁਲ ਜਾਂਦੀ ਹੈ ਜੀ। ਤੁਸੀਂ ਬਿੱਲ ਵੀ ਦਿੰਦੇ ਹੋ ਅਤੇ ਤੁਸੀਂ ਪ੍ਰਿਸਕ੍ਰਿਪਸ਼ਨ ਵੀ ਲਿਖਦੇ? ਬਿਲਕੁਲ, ਸਾਰਾ ਕੁਝ A to Z, ਬਿੱਲ ਵੀ ਸਟੈਂਪ ਲਾ ਕੇ ਪੂਰਾ, ਕੋਈ ਰੋਕ ਟੋਕ ਨਹੀਂ ਜੀ। ਬਾਹਰ ਭੇਜਣ ਦੀ ਤੁਹਾਡੇ ਕੋਲ ਪੂਰੀ ਹੈਗੀ ਹੈ ਪ੍ਰੋਸੀਜਰ ਹੈਗਾ? ਬਿਲਕੁਲ, ਪੂਰੀ ਫੈਸਿਲਿਟੀ, ਪੂਰਾ ਪ੍ਰੋਸੀਜਰ ਹੈ ਜੀ, ਬਾਹਰ ਮੈਡੀਸਨ ਜਾ ਰਹੀ ਸਾਡੀ, ਆਲਰੇਡੀ ਮੈਡੀਸਨ ਜਾ ਰਹੀ ਹੈ ਬਾਹਰ ਜੀ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਦਰਸ਼ਕਾਂ ਨੂੰ ਇੱਕ ਉਹ ਜਾਣਕਾਰੀ ਦਿੱਤੀ ਹੈ ਜਿਹੜੀ ਕਿ ਸ਼ਾਇਦ ਇੱਕ ਬਿਮਾਰੀ ਨਹੀਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਕੰਮ ਆਏਗੀ, ਅਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਜਿਹੜੀ ਆ ਉਹ ਦਰਸ਼ਕ ਉਸਨੂੰ ਬੜੇ ਧਿਆਨ ਨਾਲ ਦੇਖਣਗੇ ਅਤੇ ਇਹ ਜਿਹੜਾ ਉਹ ਇਸਦਾ ਲਾਹਾ ਜ਼ਰੂਰ ਲੈਣਗੇ। ਤੁਹਾਡੇ ਤੋਂ ਅਸੀਂ ਅਲੱਗ ਅਲੱਗ ਬਿਮਾਰੀਆਂ ਦੇ ਸੰਬੰਧ ਵਿੱਚ ਜਿਹੜੀ ਹੈ ਉਹ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾਉਂਦੇ ਰਹਾਂਗੇ। ਇਸ ਵਾਅਦੇ ਨਾਲ ਤੁਹਾਡੇ ਤੋਂ ਵਿਦਾ ਲੈਂਦੇ ਹਾਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਮਿਹਰਬਾਨੀ। ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਮਿਹਰਬਾਨੀ। ਅਤੇ ਜਾਂਦੇ ਜਾਂਦੇ ਤੁਸੀਂ ਨੰਬਰ ਬੋਲ ਦਿਓ ਜੀ ਆਪਣਾ, ਤਾਂ ਕਿ ਜੇ ਕੋਈ ਤੁਹਾਨੂੰ ਕੰਟੈਕਟ ਕਰਨਾ ਚਾਹੁੰਦਾ ਤਾਂ ਉਹ ਕੰਟੈਕਟ ਵੀ ਕਰ ਸਕਦਾ। ਨੰਬਰ ਸਾਡਾ 9821-13013 ਜੀ, 9827-13013 ਜੀ, ਹੈਲਪਲਾਈਨ ਨੰਬਰ ਆ ਦੋਨੇ, ਜਦੋਂ ਮਰਜ਼ੀ ਕੰਟੈਕਟ ਕਰੋ, 100% ਤੁਹਾਡੇ ਨਾਲ ਡੀਲ ਹੋਊਗੀ, ਉਸੇ ਟਾਈਮ ਹੀ ਹੋਊਗੀ, ਚਾਹੇ ਰਾਤ ਨੂੰ ਕਰੋ ਚਾਹੇ ਦਿਨੇ ਕਰੋ ਜੀ, ਕੋਈ ਗੱਲ ਨਹੀਂ। 13 ਹੀ 13 ਜੀ ਬਾਬੇ ਨਾਨਕ ਦਾ, ਅਤੇ ਇਹ ਇੱਥੇ ਜਿਹੜਾ ਉਹ ਪਰਮਾਤਮਾ ਦੀ ਮਿਹਰ ਹੋਏਗੀ ਜ਼ਰੂਰ, ਜਿਹੜਾ ਆਏਗਾ ਠੀਕ ਜ਼ਰੂਰ ਹੋਏਗਾ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਡਾਕਟਰ ਸਿੱਧੂ ਅਤੇ ਡਾਕਟਰ ਸ਼ਰਮਾ, ਜਿਨ੍ਹਾਂ ਨੇ ਸਾਨੂੰ ਬਾਵਾਸੀਰ ਦੇ ਸੰਬੰਧ ਵਿੱਚ ਜਾਣਕਾਰੀ ਤਾਂ ਦਿੱਤੀ ਹੈ ਜਿਹਦੇ ਨਾਲ ਖੂਨ ਜਿਹੜਾ ਸਾਡਾ ਨਿਕਲ ਜਾਂਦਾ ਹੈਗਾ, ਪਰ ਕੁਝ ਚੀਜ਼ਾਂ ਅਜਿਹੀਆਂ ਵੀ ਦੱਸੀਆਂ ਨੇ ਜਿਹਦੇ ਨਾਲ ਖੂਨ ਚੂਸਿਆ ਜਾਂਦਾ ਉਹ ਵੀ ਬਚੇਗਾ। ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਵੀ ਪਸੰਦ ਆਈ ਹੋਵੇਗੀ, ਅਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ, ਜਿੰਨਾ ਸ਼ੇਅਰ ਕਰੋਗੇ ਉਨਾ ਕਿਸੇ ਨਾ ਕਿਸੇ ਕੋਲ ਵੀਡੀਓ ਜ਼ਰੂਰ ਪਹੁੰਚੇਗੀ, ਜਿੰਨਾ ਤੁਸੀਂ ਜਿਹੜੇ ਜਿਨ੍ਹਾਂ ਕੋਲ ਪਹੁੰਚੇਗੀ, ਜੇਕਰ ਉਹਨਾਂ ਨੇ ਇੱਕ ਵੀ ਬੰਦੇ ਨੂੰ ਇਸ ਵੀਡੀਓ ਦੇ ਦੇਖਣ ਤੋਂ ਬਾਅਦ ਆਪਣਾ ਫਾਇਦਾ ਲੈ ਲਿਆ, ਜਾਂ ਡਾਕਟਰ ਸਿੱਧੂ ਜਾਂ ਡਾਕਟਰ ਸ਼ਰਮਾ ਦੇ ਕੋਲ ਆ ਕੇ ਆਪਣਾ ਇਲਾਜ ਕਰਵਾ ਲਿਆ, ਸਸਤੇ 'ਚ ਇਲਾਜ ਕਰਾ ਲਿਆ, ਅਤੇ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ। ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ, ਨਿਊਜ਼ ਏਸ਼ੀਆ ਹਿੰਦੀ, ਆਵਾਜ਼ੇ ਪੰਜਾਬ, ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਅਤੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਹਿੰਦੀ ਨੂੰ ਲਾਈਕ, ਸਬਸਕ੍ਰਾਈਬ ਅਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਧੰਨਵਾਦ।